अमृतसर दे विच लगातार गोली चलन दीआं वारदातां सामने आउंदीआं ने। बीते कुछ दिन पहला ही अमृतसर दे कचहरी चौंक दे विच देर रात कुछ अणपछाते नौजवानां दे वल्लों एक नौजवान ते ताबड़तोड़ गोलियां चला के बाद दे विच मौके तों फरार हो गए सन। ते हुण ताज़ा मामला सामने आया अमृतसर दे बटाला रोड दा, जिथे न्यूट्री कुलचे दा काम कर रहे एक नौजवान उत्ते तीन अणपछाते नौजवानों के वालों गोलियां चलाईया गई हैं। इस दौरान नौजवान ने दो गोलियां लगियां जिसनों सिविल हस्पताल दे विच भर्ती करवाया गया। उत्थे ही पुलिस मामले की जांच कर रही है। अजीत पंजाबी दी ऑथेंटिक खबरां दे लई सबसक्राइब करो अजीत वैब टीवी अते ताजी खबरां दी नोटिफिकेशन पाउण दे लई बैल आइकन ते क्लिक करो। सर मैं अपनी न्यूटी कुलचे दी दुकान ते खलोता आ ही ते तीन अणपछाते बंदे स्प्लेंडर मोटरसाइकिल सी एक ਮੇਰੇ ਸਿੱਧੇ ਫਾਇਰ ਕੱਢਿਆ ਘੱਟੋ ਘੱਟ ਅੱਠ ਦਸ ਤੋਂ ਰਾਉਂਡ ਕੱਢਿਆ ਤੇ ਜਿਸ ਚ ਦੋ ਮੇਰੇ ਇੱਕ ਲੱਤ ਤੇ ਵੱਜਿਆ ਤੇ ਇੱਕ ਮੇਰੀ ਪੇਟ ਤੇ ਵੱਜਾ ਗੱਡੀ ਦਾ ਇਸ ਚ ਵਹੀਕਲ ਤੇ ਸੀ ਸਪਲੈਂਡਰ ਮੋਟਰਸਾਈਕਲ ਤੇ ਪਿਛਾੜ ਹੈਗੀ ਕੋਈ ਨਹੀਂ ਸਰ ਨੰਬਰ ਪਲ
ਕਾਰਵਾਈ ਨਹੀਂ ਕੀਤੀ ਸਰ ਘੱਟੋ ਘੱਟ 10 ਸਰ ਇਹੀ ਕਰਦਾ ਮੰਗ ਕੇ ਸਰ ਮੇਰੀ ਜਾਨ ਨੂੰ ਖਤਰਾ ਵਾ ਕੋਈ ਵੀ ਅਭਿਨਵ ਹੁੰਦੀ ਆ ਪੁਲਿਸ ਕਰਾਉਣ ਦੀ ਸਾਰਾ ਕੁਛ ਜਦੋਂ ਪਹਿਲੇ ਮਿਲੀ ਆ ਪੁਲਿਸ ਸਰ ਫੋਨ ਤੇ ਧਮਕੀਆਂ ਕਿ ਸਿੱਧੇ ਡਾਇਰੈਕਟ ਮੇਰੇ ਘਰ ਗੱਡੀ ਨੂੰ ਅੱਗ ਲਾ ਕੇ ਗਏ ਸੀ ਕੀ ਕੰਮ ਕਰਦੇ ਤੇ ਸਰ ਮੇਰਾ ਕੰਮ ਨਿਊਟਰੀ ਗੁਲਚੇ ਦਾ ਵਾ ਨਾਲੇ ਮੇਰਾ ਆਪਣਾ ਫਾਈਨੈਂਸ ਦਾ ਕੰਮ ਹੈ ਸਰ ਕੀ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦਾ ਪਤਾ ਨਹੀਂ ਸਰ ਕਿਉਂ ਕਰੀ ਜਾਣ ਦੇ ਆ ਤੇ ਪੁਲਿਸ ਕੋਈ ਐਕਸ਼ਨ ਨਹੀਂ ਲੈਂਦੀ ਪਈ ਕਿਹੜੀ ਜਗ੍ਹਾ ਤੇ ਸਰ ਤੁਹਾਡਾ ਕੰਮ ਚੱਲ ਮੇਰਾ ਸਰ ਅਬੀ ਨਗਰ ਗਲੀ ਨੰਬਰ 4 3 ਚ ਕੋਈ ਪੁਰਾਣੀ ਰੰਜਿਸ਼ ਕਿਸੇ ਦੇ ਨਾਲ ਲੜਾਈ ਝਗੜਾ ਕੁਛ ਸਰ ਕੋਈ ਪਤਾ ਨਹੀਂ ਸਰ ਹਾਲੇ ਕੋਈ ਆਂਦੇ ਨਹੀਂ ਕਿ ਨਾ ਕੋਈ ਆਉ ਜਾਣੀ ਵੈਰ ਇਹ ਜੀ ਸਾਡੇ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ ਇੱਥੇ ਵਿਜਨਗਰ ਚੌਂਕੀ ਦੀ ਗਲੀ ਨੰਬਰ 4 ਦੇ ਵਿੱਚ ਇਹ ਰਿਸ਼ੀ ਸੇਠ ਸਾਨੋ ਪ੍ਰਦੀਪ ਸੇਠ ਇਹਨਾਂ ਦੀ ਇੱਥੇ ਨਿਊਟਰੀ ਕੁਲਚੇ ਦੀ ਦੁਕਾਨ ਹੈ ਸੋ ਅੱਜ ਕਰੀਬ 3 ਵਜੇ ਦੋ ਅਣਪਛਾਤੇ ਨੌਜਵਾਨ ਇੱਥੇ ਦੁਕਾਨ ਤੇ ਆਉਂਦੇ ਆ ਤੇ ਮਿਲਨ ਪੈਲੇਸ ਦਾ ਐਡਰੈਸ ਵੀ ਪੁੱਛਦੇ ਨੇ ਜਦੋਂ ਇਹ ਦੱਸਦੇ ਨੇ ਕਿ ਮਿਲਨ ਪੈਲੇਸ ਉੱਥੇ ਹੈ ਕਿਉਂਕਿ ਇਹਨੂੰ ਸ਼ੱਕ ਪਹਿਲਾਂ ਪੈ ਗਿਆ ਸੀ ਕਿ ਜਿੱਥੇ ਤੁਹਾਡਾ ਤੀਸਰਾ ਬੰਦਾ ਗੁੱਟ ਤੇ ਬਿਲਕੁਲ ਮੋਟਰਸਾਈਕਲ ਤੇ ਖੜਾ ਵਾ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜਾ ਤੁਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ ਇਹਨਾਂ ਤੇ ਫਾਇਰਿੰਗ ਕੀਤੀ ਜਿਸ ਵਿੱਚ ਦੋ ਗੋਲੀਆਂ ਰਿਸ਼ੀ ਸੇਠ ਦੇ ਲੱਗੀਆਂ ਨੇ ਇੱਕ ਲਾਤੇ ਤੇ ਇੱਕ ਮੋਢੇ ਤੇ ਜੋ ਤੀਸਰੀ ਰਸ਼ਪਿੰਦਰ ਕੌਰ ਨਾਮ ਦੇ ਲੜਕੀ ਦੇ ਕੰਮ ਕਰਦੀ ਸੀ ਉਸਨੇ ਸਾਰਾ ਮਾਮਲਾ ਖੇਡ ਲਿਆ ਟੋਟਲ ਸਾਨੂੰ 7 ਦੇ ਕਰੀਬ ਇਹ ਤੋਂ ਗੋਲ ਮਿਲੇ ਨੇ ਸੋ ਟੋਟਲ 7 ਗੋਲੀਆਂ ਚੱਲੀਆਂ ਨੇ ਤੇ ਦੋ ਗੋਲੀਆਂ ਨੇ ਕ੍ਰਾਈਮ ਇਨਵੈਸਟੀਗੇਸ਼ਨ ਤੋਂ ਸਰ ਕੀ ਪਤਾ ਲੱਗਦਾ ਕਿ ਕਿਹੋ ਜਿਹੇ ਜਿਹੜੇ ਸ਼ਖਸ ਸੀਗੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੱਗਦੇ ਕੋਈ ਨਵੇਂ ਸੀ ਜੋ ਹੁਣ ਤੱਕ ਸਾਹਮਣੇ ਆਇਆ ਜਿਨ੍ਹਾਂ ਨੇ ਫੇਸਿਸ ਵਗੈਰਾ ਆਪਦੇ ਕਵਰ ਕੀਤੇ ਹੋਏ ਸੀ ਬਟ ਜੋ ਲੜਕੀ ਤੇ ਕੰਮ ਕਰਦੀ ਹਜੇ ਅਸੀਂ ਲੜਕੇ ਤੋਂ ਪੁੱਛ ਕਰਾਂਗੇ ਹਸਪੀਟਲ ਜਾ ਕੇ ਇਹਨਾਂ ਦੇ ਮੁਤਾਬਕ ਕਿ ਸਾਡੀ ਦੁਸ਼ਮਣੀ ਵੀ ਹੈਗੀ ਕਿਸੇ ਨਾਲ ਜਿਹਨਾਂ ਨੂੰ ਧਮਕੀਆਂ ਵੀ ਆਉਂਦੀਆਂ ਸੀ ਸੋ ਲੱਗਦਾ ਵਾ ਕਿ ਕੋਈ ਪੁਰਾਣੀ ਆਪਸ ਦੇ ਵਿੱਚ ਰੰਜਿਸ਼ ਹੋਈ ਕੋਈ ਕਿਸੇ ਤਰ੍ਹਾਂ ਦੀ ਸੀਸੀਟੀਵੀ ਆਈ ਹੈ ਹਜੇ ਮੌਕੇ ਤੇ ਦੇਖ ਰਹੇ ਹਾਂ ਜੀ ਸੀਸੀਟੀਵੀ ਦੇਖ ਰਹੇ ਹਾਂ ਲੜਕਾ ਜਿਹੜਾ ਆਊਟ ਆਫ ਡੇਂਜਰ ਹੈ ਦੀ ਜਿਹੜੀ ਹਾਲਾਤ ਉਹ ਹਜੇ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਜੀ ਹਜੇ ਹਸਪੀਟਲ ਜਾਵਾਂਗੇ ਉੱਥੇ ਇੱਕ ਡਾਕਟਰ ਨਾਲ ਸਲਾਹ ਕਰਕੇ ਫਿਰ ਦੱਸਾਂਗੇ ਹੁਣ ਫਿਲਹਾਲ ਬਿਆਨ ਕਿਸ ਦੇ ਲਏ ਹਜੇ ਸਟੇਟਮੈਂਟ ਲੈਣੀ ਹੈ ਜਿਹਨਾਂ ਤੋਂ ਜਵਾਬ ਤੋਂ ਪੁੱਛਣਾ ਜੀ